ਕਰਾਂਗਾ ਕਿ ਉਹੀ ਗੀਤ ਗਾਓ ਜਿਹੜਾ ਚੰਗਾ ਲੱਗਦਾ ਵਾ ਮੇਰੇ ਸਾਹਿਬ ਦਾ। ਜਿਸ ਮੇਲੇ ਨੂੰ ਅਸੀਂ ਹੈਂਡਲ ਕਰਨ ਆਏ ਹਾਂ ਉਸ ਮੇਲੇ ਨੇ ਸਾਨੂੰ ਕੁਛ ਕਰਨਾ ਵੀ ਚਾਹੀਦਾ। ਇਹ ਮੇਲਾ ਛੋਟਾ ਨਹੀਂ ਬਹੁਤ ਵੱਡਾ ਮੇਲਾ ਹੋਣਾ ਚਾਹੀਦਾ। ਬਹੁਤ ਵੱਡਾ ਉਪਰਾਲਾ ਹੈ ਅੱਜ ਸਾਂਝ ਮਿਲ ਰਿਹਾ ਹੈ। ਮੈਂ ਤਹਿ ਦਿਲੋਂ ਧੰਨਵਾਦ ਦੀ ਇਸ ਪਿੰਡ ਲਈ। ਇੱਕ ਵਾਰੀ ਇਸ ਪਿੰਡ ਲਈ ਤਾੜੀਆਂ ਮਾਰ ਦਿਓ ਪਲੀਜ਼ ਜਿਹਨੇ ਇਹੋ ਜਿਹਾ ਉਪਰਾਲਾ ਤੈਅ ਕੀਤਾ। ਦਰਸ਼ਨ ਕਰ ਜਾ ਰਿਹਾ ਜੀ ਸਾਰੇ ਦਰਸ਼ਨ ਕਰ ਰਿਹਾ ਕੀ
ਮਾਂ ਤੇ ਮਾਤਾ ਦਾ ਤਾੜੀ ਮਾਰ ਦਿੰਦੇ ਇੱਕ ਮਾਂ ਹੈ ਕੀ ਕਰੀ ਕੀ ਕਈ ਤਾਂ
ਗਾਉਂਦੇ ਗਾਉਂਦੇ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ, ਗਾਣਾ ਕਿਸੇ ਦੇ ਵਾਪਸ ਜਾਣਾ ਹੈਗਾ। ਠੀਕ ਹੈ ਜੀ, ਛੋਟੇ ਬੱਚੇ ਨੂੰ ਮਾਫ ਕਰੋ, ਗਲਤੀ ਨਹੀਂ ਹੋਣੀ ਕਿਸੇ ਵਾਰੀ। ਚਲੀ ਥੈਂਕ ਯੂ ਧੰਨਵਾਦ। ਕਿਆ ਬਾਤ ਹੈ ਜੀ, ਠੀਕ ਹੈ। ਸੁਨਾ ਜੀ ਨਾਲ ਕਮੇਟੀ ਵੱਲੋਂ ਜਿਹੜੇ ਕਲਾਕਾਰਾਂ ਨੇ ਹਾਜ਼ਰੀ ਲਗਵਾਈ ਹੈ, ਸੋ ਪਲੀਜ਼ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗਾ ਬਿਲਕੁਲ ਸਟੇਜ ਦੇ ਲਾਗੇ ਰਹਿਣ। ਸੋ ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਪਲੀਜ਼ ਇੱਕ ਵਾਰ ਆਪਾਂ ਸਾਰਿਆਂ ਨੇ ਸਟੇਜ 'ਤੇ ਆ ਕੇ ਅੱਜ ਦੇ ਜੋ ਸਾਡੇ ਕਲਾਕਾਰ ਆਏ ਨੇ, ਸੋ ਕਲਾਕਾਰ ਵੀਰਾਂ ਦੇ ਹਾਜ਼ਰੀ ਲਗਵਾਈ ਹੈ ਅਤੇ ਯਾਦਗਾਰੀ 'ਚ ਆਪਣਾ ਕਲਾਕਾਰਾਂ ਨੂੰ ਸਨਮਾਨ 'ਚ ਦੇਣਾ ਹੈ। ਸੋ ਮੈਂ ਪੂਰੀ ਪ੍ਰਬੰਧਕ ਕਮੇਟੀ ਨੂੰ ਗੁਜ਼ਾਰਿਸ਼ ਕਰਾਂਗਾ, ਰਖਵਿੰਦਰ ਸਿੰਘ ਜੀ ਜੂ ਕੇ, ਸੰਤੋਖ ਸੋਖੀ ਜੀ, ਰਾਣਾ ਜੀ, ਕੁਲਵੀਰ ਕੌਰ ਜੀ ਦਸਾਂ ਅਤੇ ਚਰਨਜੀਤ ਜੀ। ਸੋ ਪਲੀਜ਼ ਸਾਰੇ ਮੇਰੇ ਵੀਰ ਸਟੇਜ 'ਤੇ ਆ ਜਾਓ, ਤਾਂ ਜੋ ਆਪਾਂ ਆਏ ਹੋਏ ਕਲਾ। ਸੋ ਬਿਲਕੁਲ ਸਟੇਜ ਦੇ ਲਾਗੇ ਰਹੇ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਤਾੜੀਆਂ ਲਾ ਦੇ। ਸੋ ਜਿਹਨਾਂ ਨੇ ਸਟੇਜ ਦਾ ਆਗਾਜ਼ ਕੀਤਾ ਹੈ, ਸਟੇਜ ਦੀ ਸ਼ੁਰੂਆਤ ਅਤੇ ਨਾਲ ਦੀ ਨਾਲ ਮੈਂ ਬੇਨਤੀ ਕਰਾਂ AS ਅਮਨ ਜੀ, AS ਅਮਨ ਜੀ, ਸੋ ਪਲੀਜ਼ ਸਟੇਜ 'ਤੇ ਆਉਣ ਅਤੇ ਯਾਦਗਾਰੀ 'ਚ ਇਸ ਮੇਲੇ ਦੀ ਪੂਰੀ ਪ੍ਰਬੰਧਕ ਕਮੇਟੀ ਵੱਲੋਂ। ਸੋ ਮੈਂ ਕਲਾਕਾਰ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਸਟੇਜ ਦੇ ਅੱਗੇ ਦੀ ਸਟੇਜ 'ਤੇ ਜਿਹੜਾ ਹੈ ਕਰੋ, ਕਿਉਂਕਿ ਪਤਾ ਲੱਗੇ ਜਸਵਿੰਦਰ ਜੀ, ਜਸਵਿੰਦਰ ਸੁਲਤਾਨੀਆ ਜੀ, ਜਸਵਿੰਦਰ ਜੀ ਜਿਹਨਾਂ ਨੇ ਹਾਜ਼ਰੀ ਲਗਵਾਈ ਹੈ, ਅਤੇ ਸਾਡੇ ਮਾਨਗਤ ਅਲੀ ਜੀ, ਜਸਵਿੰਦਰ ਸੁਲਤਾਨੀਆ ਜੀ ਸਾਡਾ ਇੱਕ ਯਾਦਗਾਰੀ ਚੇਤ, ਜਸਵਿੰਦਰ ਜੀ, ਜਸਵਿੰਦਰ ਜੀ ਬਿਲਕੁਲ ਸਟੇਜ 'ਤੇ ਬਰਾਜਮਾਨ ਨੇ, ਆਉਣ ਦਿਓ ਤੁਸੀਂ, ਆਈ ਚਲੋ ਗੁੰਮ ਗੁੰਮ। ਸੋ ਇਸ ਮੇਲੇ ਦੀ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਜਸਵਿੰਦਰ ਜੀ ਜੋਰਦਾਰ ਤਾੜੀਆਂ ਲਾ ਦਿਓ ਜਿਹਨਾਂ ਦੇ ਨਾਲ, ਸੋ ਪਲੀਜ਼ ਜਰਾ। ਸੋ ਇਸ ਜਸਵਿੰਦਰ ਜੀ ਅਤੇ ਮੰਗਤ ਅਲੀ ਜੀ, ਸੋ ਤੋਂ ਬਾਅਦ ਮੰਗਤ ਅਲੀ ਜੀ, ਸੋ ਜਿਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਹਾਜ਼ਰੀ ਲਗਾਈ ਸੀ, ਸੋ ਮੰਗਤ ਅਲੀ ਜੀ ਉਹਨਾਂ ਨੂੰ ਵੀ ਇੱਕ ਯਾਦਗਾਰੀ ਚਿੰਨ੍ਹ ਇਸ ਮੇਲੇ ਦੀ ਪੂਰੀ ਪ੍ਰਬੰਧਕ ਕਮੇਟੀ ਵੱਲੋਂ। ਮੰਗਤ ਅਲੀ ਜੀ ਸੁਨਾਲ ਦੀ ਨਾਲ ਮੈਂ ਬੇਨਤੀ ਕਰਾਂ, ਹਰਦੀਪ ਦੀਪਾ ਜੀ ਸਭਾ ਜ਼ੋਰਦਾਰ ਤਾੜੀਆਂ ਲਾ ਦਿਓ ਜਿਹਨਾਂ ਦੇ ਨਾਂ ਤੇ, ਮੰਗਤ ਅਲੀ ਜੀ ਦੇ ਨਾਂ ਤੇ ਜ਼ੋਰਦਾਰ ਤਾੜੀਆਂ। ਹਰਦੀਪ ਦੀਪਾ ਜੀ ਸੁਣਨ ਵਿੱਚ ਯਾਦਗਾਰੀ ਚ ਇਸ ਮੇਲੇ ਦੀ ਪੂਰੀ ਪ੍ਰਬੰਧਕ ਕਮੇਟੀ ਵੱਲੋਂ। ਯੋਗਾ ਸਿੰਘ ਜੀ ਦਸਾਂਝ ਜਿਹਨਾਂ ਦੀ ਯਾਦ ਵਿੱਚ ਇਹ ਪਹਿਲਾ ਸੱਭਿਆਚਾਰਕ ਮੇਲਾ ਹੋ ਰਿਹਾ ਹੈ, ਸੁਣਾ ਲਓ ਅਤੇ ਉਹਨਾਂ ਦੀ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਇੱਕ ਯਾਦਗਾਰੀ ਚ ਇਸ ਪੂਰੀ ਪ੍ਰਬੰਧਕ ਕਮੇਟੀ ਵੱਲੋਂ। ਸੋ ਸ਼ੁਕਰੀਆ ਜੀ, ਗੋਵਿੰਦਰ ਲੱਖਾ ਜੀ ਅਤੇ ਗੋਵਿੰਦਰ ਨਾਥ ਜੀ, ਸੋ ਪਲੀਜ਼ ਅਤੇ ਨਾਲ ਦੀ ਨਾਲ ਮੈਂ ਬੇਨਤੀ ਕਰਾਂ ਆਪਣੇ ਮਜੀਸ਼ੀਅਨ ਪਰਿਵਾਰ ਨੂੰ, ਕਿਉਂਕਿ ਬਿਲਕੁਲ ਸਟੇਜ ਦੇ ਪੈ ਲਾਗੇ ਪਹੁੰਚਣ ਦੀ ਖੇਚਲ ਕਰਨ, ਕਿਉਂਕਿ ਸਾਡੇ ਕੋਲ ਕਲਾਕਾਰ ਬਹੁਤ ਨੇ ਅਤੇ ਸਮਾਂ ਬੜਾ ਘੱਟ ਹੈ, ਆਪਾਂ ਸਾਰਿਆਂ ਦੀ ਹਾਜ਼ਰੀ ਲਗਵਾਉਣੀ ਹੈ। ਹਾਂ ਸਰ, ਸਾਹਮਣੇ ਇੱਧਰ। ਸੋ ਜ਼ੋਰਦਾਰ ਤਾੜੀਆਂ ਲਾ ਦਿਓ ਜੀ ਇੱਕ ਵਾਰ, ਅੱਜ ਦੀ ਸਵੈਫਲ ਨਿਸ਼ਾਨ ਸੋਗ ਜੀ ਬੇਨਤੀ ਸੋਨੂੰ ਭੰਗਹਾਲੀਆ ਜੀ ਬਰਸ਼ੰਕਰ ਤੋਂ, ਸੋ ਵੀ ਇਹਨਾਂ ਨੂੰ ਆਪਾਂ ਸੁਣਨਾ ਬਹੁਤ ਹੀ ਅੱਛਾ ਗਾਉਂਦੇ ਨੇ, ਸੋ ਜਿਹੜੀ ਫਰਮਾਇਸ਼ ਗਜ਼ਲ ਦੀ ਜਾਂ ਹੋਰ ਕੋਈ ਕਰਦੇ ਹੋ ਤਾਂ ਸਾਡੇ ਦੁਨੀਆਂ ਦੇ ਬਾਦਸ਼ਾਹ ਨੇ ਉਸਤਾਦਾਂ ਦੇ ਨਾਂ ਦੇ ਵਿੱਚ ਇਹਨਾਂ ਦਾ ਨਾਂ ਹੈ ਸੋਨੂੰ ਭੰਗਹਾਲੀਆ ਜੀ, ਸੋਨੂੰ ਵੀ ਯਾਦਗਾਰੀ ਚਿੰਨ੍ਹ ਸਨਮਾਨ ਚਿੰਨ੍ਹ। ਸੋ ਸ਼ੁਕਰੀਆ, ਸੋ ਬਿਲਕੁਲ ਐਸੀ ਕੁਝ ਸਨਮਾਨਾਂ ਦਾ ਸਿਲਸਿਲਾ ਹੈ, ਸੋ ਪਲੀਜ਼ ਮੈਂ ਸਾਰੀ ਪ੍ਰਬੰਧਕ ਕਮੇਟੀ ਨੂੰ ਵੀ ਐਸੀ ਕਰਕੀ ਕਰ ਚੱਲ ਬੰਦਿਆ ਬਾਈ ਛੇੜੋ ਨਾ ਬਸ, ਐਸੀ ਕਰਨੀ ਕਰ ਚੱਲ ਬੰਦਿਆ ਮੁਕਸ ਹੈ ਜਦ ਮੈਨੂੰ ਮਾਰ
ਪਬਲਿਕ ਦੀ ਜਿਹਨੂੰ ਆਨੰਦ ਨਾ ਆਵੇ ਤਾਂ ਗੱਲ ਨਹੀਂ ਬਣਦੀ। ਕੀ ਕਹਿ ਰਿਹਾ ਬੈਠਾ ਹੋਵੇ ਜਦੋਂ ਗਮਲੇ ਦਾ ਫੁੱਲ ਗਾਇਬ ਹੋ ਜਾਂਦਾ ਹੈ ਤਾਂ ਫਿਰ ਮਨ ਨੂੰ ਪਤਾ ਲੱਗਦਾ ਕਿ ਕੀ ਹੈ। ਜਦੋਂ ਬਾਹਰ ਟੁੱਟ ਜਾਂਦੀ ਹੈ ਫਿਰ ਪਤਾ ਲੱਗਦਾ ਕਿ ਦੁੱਖ ਕੀ ਹੈ। ਪਰ ਜਦੋਂ ਮਿੱਟੀ ਹੋ ਗਿਆ ਫਿਰ ਕੀ ਹੈ ਮਿੱਟੀ ਜੰਮੀ ਤੇ ਖੁਸ਼ੀ ਕੀਤੀ ਤੇ ਨਾ ਰੱਖਿਆ ਮਰ ਜਾਣਾ। ਜਦੋਂ ਮਿੱਟੀ ਦੇ ਸੰਗ ਮਿੱਟੀ ਹੋਇਆ ਤੇ ਫਿਰ ਟੁੱਕ ਟੁੱਕ ਆਉਣ ਮਕਾਰ। ਜਿਹਨਾਂ ਹੱਥਾਂ ਨਾਲ ਪਾਲਿਆ ਸੀ ਪੋਲੂਸ਼ਨ ਅੱਜ ਉਹਨਾਂ ਹੱਥਾਂ ਨਾਲ ਅਸੀਂ ਗੁਰੂ ਘਰ ਪਹੁੰਚਾ ਕੇ ਆਏ। ਕਿਤੇ ਇਨਸਾਨ ਜਾਂਦਾ ਹੈ ਪਰ ਕੀ ਇਨਸਾਨ ਨੂੰ ਉਹ ਮਿੱਟੀ ਦਿੱਤੀ ਹੈ ਮੂਰਤੇ ਕਰੂਰ ਕਿਹੜੀ ਗੱਲ ਦਾ ਨੀ ਮਿੱਟੀ ਦੇ ਮੂਰ ਤੇ। ਇਨਸਾਨ ਬੁੱਲ ਬੁਲਾਇਆ ਪਾਣੀ ਦਾ ਕਦੇ ਮਾਣ ਨਹੀਂ ਕਰਨਾ ਚਾਹੀਦਾ। Yeah.
ਕਿ ਮੈਂ ਗਟਾਰ ਮਾਸਟਰ ਜੀ ਜੋ ਸਾਡੇ ਕਲਾਕਾਰ ਨੂੰ ਅੱਛੇ ਅੱਛੇ ਸਟੇਜਾਂ 'ਤੇ ਗਾਉਂਦੇ ਨੇ, ਬੰਬਈ ਤੱਕ ਸਾਡੇ ਨਾਲ ਸ਼ੋਅ ਕੀਤੇ ਨੇ ਇਹਨਾਂ ਨੇ। ਲਓ ਅਸੀਂ ਕੁਛ ਮਾਹੌਲ ਨੂੰ ਚੇਂਜ ਕਰਦੇ ਹੋਏ ਇੱਕ ਘਰ ਦੀ ਗੱਲ ਕਰ ਰਹੇ ਹਾਂ, ਕਿਉਂਕਿ ਪੁਰਾਣੇ ਸਮੇਂ ਹੁੰਦੇ ਸੀਗੇ ਵੀ ਪੰਜ ਸੱਤ ਭਾਈ ਹੁੰਦੇ ਵਿਆਹ ਕਰਾ ਲੈਂਦੇ ਆ ਅਤੇ ਜ਼ਮੀਨ ਜਿਹਦਾ ਤਾਂ ਥੋੜ੍ਹੀਆਂ ਹੁੰਦੀਆਂ ਸੀਗੀਆਂ, ਇੱਕ ਅੱਧੇ ਨੇ ਵਿਆਹ ਕਰਾਉਣ, ਬਾਕੀ ਸਾਡਾ ਟੱਬਰ ਤੇ ਰਲ ਮਿਲ ਕੇ ਚੱਲਦਾ ਸੀਗਾ। ਅਤੇ ਪੁਰਾਣੀ ਸਭ ਤਾਂ ਇਹ ਸੱਚੀ ਗੱਲ ਹੈ ਅਤੇ ਪਤਾ ਪੁਰਾਣੇ ਬੁੜੀਆਂ ਨੂੰ, ਅੱਜ ਕੱਲ੍ਹ ਤਾਂ ਕੋਈ ਗੱਲ ਨਹੀਂ, ਜਿੱਦਾਂ ਮੁੰਡਾ ਕਹਿੰਦਾ ਭਾਈ ਮੈਂ ਆਪਣੇ ਹਾਣ ਤਾਣ ਦੀ ਵਧੀਆ ਦੇਖ ਰਹੀ ਹਾਂ, ਤਾਂ ਫਿਰ ਨਵੀਂ ਨਵੀਂ ਨੂੰ ਘਰ ਜਾ ਜਾਂਦੀ ਹੈ, ਨਵੀਂ ਨੂੰ ਪਤਾ ਨਹੀਂ ਲੱਗਦਾ ਮੇਰਾ ਜੇਠ ਕਿਹੜਾ ਸਹੁਰਾ ਕਿਹੜਾ, ਸਾਰੇ ਸੁੱਖਾਂ ਡਾਂਗਾਂ। ਥੋੜ੍ਹੀ ਜਿਹੀ ਮਜੀਸ਼ੀਅਨ ਭਾਈਆਂ ਨੂੰ ਬੇਨਤੀ ਕਰਦਾ, ਇੱਕ ਡਿਊਟਾਂ ਦੀ ਲੜੀ ਹੁੰਦੀ ਹੈ ਬਿਲਕੁਲ ਮਿਊਜ਼ਿਕ ਹੈ, ਫਿਰ ਹੀ ਮਜ਼ਾ ਆਉਂਦਾ ਕਿੱਦਾਂ ਗੜਕ ਕਰਕੇ ਚਲੇ ਗਏ, ਸਭ ਕੁਝ ਫਾਇਦਾ ਨੇ। ਅਤੇ ਜਦੋਂ ਅਸੀਂ ਗਾਈਏ ਸਮਾਂ, ਲਓ ਮੈਂ ਤਾਂ ਬੀਬਾ ਗੁਰਿੰਦਰ ਨਾਥ ਕਰ ਰਿਹਾ, ਚਾਰੇ ਹੀ ਬਾਪੂ ਲੱਗਦੇ ਨੇ ਨਿਉ ਨਿਉ ਕੇ ਮੱਥਾ, ਕੀ
ਤਾਂ ਛੱਛੋ ਪੰਜ ਵਿੱਚ ਰਹਿੰਦੀ ਆ ਅਸੀਂ ਬਾਪੂ ਕਿਹੜਾ ਬਾਪੂ ਤਾਂ ਉਹ ਬੈਠੇ ਦੇ ਖੁੰਡਾ ਥੱਲੇ ਦੇਖੋ ਬੈਠੇ ਕਿੰਦਰਾ ਥੱਲੇ ਬਾਪੂ ਹਾਂ Thank you.
Thank you.
तमाम पिंड के नगर पंचायत में यह दो शुक्र गुजार हैं जो काफी सारा मान दे गए हैं लखबीर लखा गुरिंदर नाज शहर फगवाड़ा बिल्कुल ग्रुप वालों को गलती हुए तो बच्चे संत की माफ करना इसलिए सतनाम जी वाहे गुरु वाहेगुरु जी का खालसा श्री वाहेगुरु जी की फतेह। क्या बात है जी, सब शुक्रिया बहुत ही सत्कार जो लखवीर लखा जी तो गोविंदर नाथ जी सुबह बहुत ही वधिया तरीके लगवाई है। नाल दी नाल मैं जी आया आखदा उहदा महान शख्सीयता नूं विगवत जोगा सिंह जी दसाज उहनां दी मेले दी पूरी प्रबंधक कमेटी ते मेरे वल्लों साडे घर शहर तों रोशनी मेला घर शहर सो उस मेले दे प्रधान तनसेल सिंह दादा जी उहनां दे नाल बहुत ही महान शख्सीयत शुक्रिया अदा करता मेरे वड्डे वीर जी का जिन्हें सानू इन्ना माण बख्शिया सानू वड्डे साहब दे रूबरू कराया। उस तो बाद मैं धन्नवाद करता थोड़े सारिआं दा सारे पंजाबीआं दा क्योंकि जिन्हां ने साडे गिल परिवार नूं इन्ना प्यार दिता। सब तो पहला साडे परिवार विच मेरे दादा जी सरदार हरदीप सिंह जी गिल जो कि ढाडी सी सरंगी नाल गाया करते सी बहुत प्यार दिता उन्होंने। उस तो बाद उस परिवार का एक होर मैंबर जिन्हों थे लोगों के प्यार ने नछत्र सिंह तो नछत्र गिल बना दिता। सो मैं आप सब का बहुत ऋणी हाँ, आप सब का एक बार फिर धन्यवाद करना। सो अज उन्हों का एक गीत जिन्हों तुम अपनी जान तो वक्त प्यार दिता कि साड़ी जान तो बनी है तेरा हादसा हो गया इतने जिन्हें भी कलाकार पहला गा के गए Yeah.
ਚਿਰੋਂ ਬਣਿਆਂ ਤੇਰੀ ਯਾਦ ਚਿਰੋਂ ਬਣਿਆਂ ਤੇ ਮੈਨੂੰ ਤੇਰਾ ਹੀ ਚਿਰ ਹੀ ਸਦਾ ਰੋਗੀ ਹੀ ਜਨੇ ਮਾਰ
Yeah.